ਸੋ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਪਿੰਡ ਫਤਿਹਪੁਰ ਹਲਕਾ ਸ਼ਾਹਕੋਟ ਦੇ ਪਿੰਡਾਂ ਵਿੱਚ ਅਸੀਂ ਪਹੁੰਚੇ ਆ। ਬਾਪੂ ਜੀ ਨਾਲ ਗੱਲਬਾਤ ਕਰਦੇ ਆ, ਲੋਕਾਂ ਦਾ ਮਨ ਕੀ ਹੈ? ਆਜੋ, ਕੀ ਲੱਗਦਾ ਤੁਹਾਨੂੰ, ਕੀ ਕਹਿਣਾ ਚਾਹੋਗੇ ਇਸ ਵਾਰ ਸਰਕਾਰ ਦਾ ਬਦਲਾਅ ਲੋਕਾਂ ਦਾ ਝੁਕਾ ਹੈਗਾ ਆ, ਕੀ ਕਹਿਣਾ ਚਾਹੁੰਦੇ ਤੁਸੀਂ? ਪਹਿਲੀਆਂ ਸਰਕਾਰਾਂ ਦੇ ਕੰਮਾਂ ਤੋਂ ਸੈਟੀਸਫਾਈਡ ਆ? ਹਾਂ, ਪਹਿਲੀਆਂ ਸਰਕਾਰਾਂ ਨੇ ਜੋ ਵੀ ਕੰਮ ਕੀਤੇ ਜਾਂ ਹੁਣ ਆਮ ਆਦਮੀ ਪਾਰਟੀ ਜਿਹੜੀ ਗੱਲ ਕਰ ਰਹੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਉਹਦੇ 'ਤੇ? ਅਸੀਂ ਕਹਿੰਦੇ ਆਵੇ ਬਦਲਾਅ ਹੋਣਾ ਚਾਹੀਦਾ, ਬਦਲਾਅ ਹੋਣਾ ਚਾਹੀਦਾ। ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਚਾਹੁੰਦੇ ਆ ਤੁਸੀਂ ਪਿੰਡ ਦੇ ਵਿਕਾਸ ਵਾਸਤੇ? ਵਿਕਾਸ ਵਧੀਆ ਹੋਵੇ ਪਿੰਡ ਦਾ। ਪਹਿਲੀਆਂ ਸਰਕਾਰਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਘਰ ਭਰਤੀ ਨੌਕਰੀ ਦੇਵਾਂਗੇ, ਮਿਲੀ ਫਤਿਹਪੁਰ 'ਚ ਨੌਕਰੀ ਕਿਸੇ? ਸੇਵਾਦਾਰ ਬੰਦਾ ਉਹ ਜਿਹੜਾ ਕਿਸੇ ਦੀ ਸੇਵਾ ਕਰਦਾ। ਬਿਲਕੁਲ ਬਿਲਕੁਲ। ਕੀ ਲੱਗਦਾ ਵਾ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਪਹਿਲੀਆਂ ਸਰਕਾਰਾਂ ਨੇ 4.5 ਸਾਲ ਗੱਲ ਹੀ ਨਹੀਂ ਸੁਣੀ, ਮਾਤਾ ਜੀ ਆ ਜਾਓ, ਗੱਲ ਨਹੀਂ ਸੁਣੀ, ਤੇ ਹੁਣ ਐਂਡ 'ਤੇ ਚੰਨੀ ਸਾਹਿਬ ਆਏ ਆ, ਉਹ ਕਹਿੰਦੇ ਅਸੀਂ 36,000 ਨੌਕਰੀਆਂ ਦਿੱਤੀਆਂ ਪਰ ਉਹ ਪਾਸ ਹੋਈਆਂ ਹੀ ਨਹੀਂ, ਕੁਛ ਨਹੀਂ ਮਿਲਿਆ ਕਿਸੇ ਨੇ, ਇਹ ਝੂਠੇ ਵਾਅਦੇ ਨਹੀਂ ਹੋਈ ਹੋਈ ਗੱਲ, ਕੁਛ ਵੀ ਨਹੀਂ ਹੋਇਆ। ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ, ਦਰਸ਼ਕਾਂ ਨੂੰ ਕੀ ਦੱਸਣਾ? ਹਲਕਾ ਸ਼ਾਹਕੋਟ ਦੇ ਸਾਰੇ ਦਰਸ਼ਕ ਜਿਹੜੇ ਆਪਣੇ ਦੇਖ ਰਹੇ ਆ ਜਾਂ ਪੰਜਾਬ ਦੇ ਲੋਕੀ ਦੇਖ ਰਹੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਅੱਜ ਕੁਛ ਨਹੀਂ, ਜਿੱਥੇ ਹੈਗਾ ਉੱਥੇ ਦੀ ਉੱਥੇ ਹੀ ਆ, ਉੱਥੇ ਹੀ ਆ, ਉੱਥੇ ਹੀ ਆ, ਕੋਈ ਉਹਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ, ਉੱਥੇ ਹੀ ਆ ਮੇਰਾ, ਕੁਛ ਨਹੀਂ ਹੋਇਆ। ਤੇ ਆਉਣ ਵਾਲੇ ਸਮੇਂ 'ਚ ਕੀ ਦੇਖਣਾ ਚਾਹੁੰਦੇ? ਆਮ ਆਦਮੀ ਪਾਰਟੀ 'ਚ ਵਾਅਦੇ ਕਰਦੀ ਆ ਕਿ ਅਸੀਂ ਕਰਾਂਗੇ, ਤੁਸੀਂ ਸਾਥ ਦਿਓਗੇ? ਚਾਹੁੰਦੇ ਆ ਬਦਲਾਅ ਹੋਵੇ? ਹਾਂਜੀ ਹਾਂਜੀ, ਚਾਹੁੰਦੇ ਆ, ਮੌਕਾ ਦਿਆਂਗੇ, ਬਦਲਾਅ ਕਰਾਂਗੇ, ਮੌਕਾ ਦਿਆਂਗੇ। ਹਾਂਜੀ, ਚਲੋ ਸਾਡੇ ਬੱਚੇ ਜਿਹੜੇ ਧੱਕੇ ਖਾਣ ਡਿਆ ਬਾਹਰ, ਇਹਨਾਂ ਸਰਕਾਰਾਂ ਨੇ ਅੱਗੇ ਉੱਪਰ ਆਏ ਹੀ ਨਹੀਂ, ਉਹ ਬੇਰਗ ਜਾ ਰਿਹਾ ਬਾਹਰ ਧੱਕੇ ਖਾਣ ਡਿਆ, ਅਸੀਂ ਇੱਥੇ ਖਾਣ ਡਿਆ ਆ, ਤੇ ਅਸੀਂ ਬਹੁਤ ਆਸ ਆ ਸਾਨੂੰ, ਅਸੀਂ ਤੀਜੀ ਪਾਰਟੀ ਨੂੰ ਹੁਣ ਅਸੀਂ ਵੋਟ ਪਾਵਾਂਗੇ, ਤੇ ਸ਼ਾਇਦ ਸਾਡੀ ਕਿਸਮਤ ਕਰੇ। ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਆ? ਖੁੱਲ੍ਹ ਕੇ ਆਪਣੀ ਸਾਡੇ ਮੁਲਕ ਦੀ, ਸਾਡੇ ਪਰਿਵਾਰਾਂ ਦੀ, ਸਾਡੇ ਜਨਤਾ ਦੀ ਖੁਸ਼ਹਾਲੀ ਹੋਣੀ ਚਾਹੀਦੀ ਹੈ। ਬਾਕੀ ਹੁਣ ਜਾਂ ਪਾਰਟੀ ਦਾ ਦੇਖਾਂਗੇ, ਅੱਗੇ ਅਸੀਂ ਦੇਖ ਲਿਆ, ਇਸ ਵਾਰ ਹੁੰਜਾ ਫੇਰ ਦੋਗੇ? ਮੈਂ ਤਾਂ ਕੁਛ ਨਹੀਂ ਮਿਲਿਆ, ਵਾਅਦੇ ਕਰ ਗਿਆ ਇੱਦਾਂ ਕਰਾਂਗੇ, ਜੇ ਕਰਾਂਗੇ ਨੌਕਰੀਆਂ, ਕਿਉਂਕਿ ਆਪਣੇ ਕੋਲ ਲੰਬੇ ਸਮੇਂ ਤੋਂ ਆਪਣੇ ਕੋਲ ਕੋਈ ਰਾਹ ਨਹੀਂ ਸੀਗਾ, ਅਸੀਂ ਉਹਨਾਂ ਵੱਲੋਂ ਹੋ ਕੇ ਬਾਅਦ 'ਚ ਉੱਧਰ ਹੋ ਜਾਂਦੇ ਸੀਗੇ, ਉਹਨਾਂ ਵੱਲੋਂ ਹੋ ਕੇ, ਕਿਉਂਕਿ ਬਦਲ ਹੈ ਨਹੀਂ ਸੀ, ਹੁਣ ਤੀਜਾ ਬਦਲ ਆਇਆ, ਤੀਜੇ ਬਦਲ ਦੇ ਪਾਰਟੀਆਂ ਆਈ ਗਈਆਂ, ਬਦਲ ਬਦਲ ਕੇ ਦੋਹੀ ਕਦੇ ਕਾਂਗਲੀ ਆ ਗਿਆ ਕੰਮ, ਤੇ ਹੁਣ ਇਸ ਵਾਰ ਝਾੜੂ ਫਿਰ ਜੂਗਾ ਪੂਰੇ ਚੰਗੇ ਤਰੀਕੇ ਨਾਲ, ਮਾਲਕ ਦੀ ਕਿਰਪਾ ਹੋ ਗਈ। ਤੇ ਬਹੁਤ ਬਹੁਤ ਧੰਨਵਾਦ ਫਤਿਹਪੁਰ ਦੇ ਵਿੱਚ ਅਸੀਂ ਮੌਜੂਦ ਆ। ਵੀਰੇ ਕੀ ਕਹਿਣਾ ਚਾਹੁੰਦੇ ਆ, ਇਸ ਵਾਰ ਕੀ ਲੱਗਦਾ ਬਦਲਾਅ ਆਊਗਾ? ਸਿਆਣੇ ਬੰਦੇ ਦੱਸਣਗੇ ਜੀ, ਨਹੀਂ ਸਿਆਣੇ ਬੰਦੇ ਵੀ ਦੱਸ ਰਹੇ, ਤੁਸੀਂ ਵੀ ਆਪਣਾ ਇੱਕ ਹੁੰਦਾ ਨਾ ਦਿਲ ਦੇ ਵਿੱਚ ਬਲਬਲਾ, ਨਹੀਂ ਆਊਗਾ ਆਊਗਾ, ਕਿਉਂਕਿ ਮਾਲਵਾ ਸਾਰਾ ਡਿਸਾਈਡ ਕਰੀ ਬੈਠਾ। ਮਾਤਾ ਜੀ ਆ ਜਾਓ, ਭੈਣ ਜੀ ਤੁਸੀਂ ਵੀ ਆ ਜਾਓ, ਮਾਲਵਾ ਪੂਰਾ ਡਿਸਾਈਡ ਕਰੀ ਬੈਠਾ, ਆਪਣਾ ਦਬਾਬਾ ਥੋੜ੍ਹਾ ਜਿਹਾ ਅੰਦਰ ਗਤੀ ਆ, ਸੋ ਭੈਣਾਂ ਵੀ ਪਿੱਛੇ ਖੜੀਆਂ ਨੇ, ਆ ਜਾਓ ਮੈਂ ਗੱਲਬਾਤ ਕਰਦੇ ਹਾਂ ਬੀਬੀਆਂ ਦੇ ਨਾਲ। ਮਾਤਾ ਜੀ ਕੀ ਲੱਗਦਾ ਇਸ ਵਾਰ? ਜੀ ਅਸੀਂ ਤਾਂ ਕਹਿੰਦੇ ਚੱਲ ਤਰੱਕੀ ਜੇ ਹੋਣ ਸਾਡੇ ਨਿਆਣੇ ਗਾ, ਨਿਆਣੇ ਭਲਾ ਹੋਣਾ ਚਾਹੀਦਾ, ਇਸ ਵਾਰ ਲੱਗਦਾ ਵੀ ਇਸ ਵਾਰ ਆਜੂਗਾ ਬਦਲਾ। ਸੋਸ਼ਲ ਮੀਡੀਆ ਦੇਖਦੇ ਆ ਤੁਸੀਂ? ਇਹ ਤੁਸੀਂ ਵੀ ਸੋਸ਼ਲ ਮੀਡੀਆ ਤੇ ਹੁਣ ਆ ਜਾਣਾ, ਹੈ ਲੋਕਾਂ ਨੇ ਤੁਹਾਨੂੰ ਸੁਣਨਾ ਕਿ ਬੀਬੀਆਂ ਦੀ ਕੀ ਰਾਏ ਆ। ਆਪਣਾ ਦਬਾਬਾ ਆ, ਆਪਾਂ ਦਬਾਬੇ ਦੇ ਵਿੱਚ, ਦਬਾਬੇ ਤੂੰ ਵੀ ਆਪਾਂ ਪ੍ਰੈਜੈਂਟ ਕਰਨਾ। ਮਾਲਵੇ ਵਾਲੇ ਤਾਂ ਕਹਿੰਦੇ ਆ ਵੀ ਇਸ ਵਾਰ ਅਸੀਂ ਤਾਂ ਨਹੀਂ ਅੱਡੀ ਲੱਗਣ ਦਿੰਦੇ ਇਹਨਾਂ ਸਰਕਾਰਾਂ ਦੀ, ਤੁਸੀਂ ਕੀ ਕਹਿੰਦੇ ਆ? ਇਸ ਵਾਰ ਭੈਣ ਜੀ ਲੱਗਦਾ ਕਿ ਝਾੜੂ ਫਿਰ ਜੂਗਾ ਚੰਗੇ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ? ਸੋ ਲੋਕਾਂ ਦੇ ਵਿਚਾਰ ਬਿਲਕੁਲ ਕਲੀਅਰ ਨੇ, ਸਪਸ਼ਟ ਹੈ ਗੱਲਾਂ ਸਾਰੀਆਂ ਕਿ ਇਸ ਵਾਰ ਸਰਕਾਰ ਜਿਹੜੀ ਹੈ, ਜੇ ਮਾਲਵਾ ਚੈਲੰਜ ਕਰਕੇ ਕਹਿੰਦਾ ਕਿ ਅਸੀਂ ਸਰਕਾਰ ਲੈ ਕੇ ਆਉਣੀ ਆ, ਅਤੇ ਦੁਆਬੇ ਵਾਲੇ ਵੀ ਕਿਸੇ ਗੱਲੋਂ ਘੱਟ ਨਹੀਂ। ਸੋ ਭੈਣਾਂ ਦੇ ਵਿਚਾਰ ਵੀ ਸੁਣੇ, ਵੀਰਾਂ ਦੇ ਵੀ ਤੁਸੀਂ ਸੁਣੇ ਆ, ਅਤੇ ਇਸ ਵਾਰ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਆਊਗੀ। ਤਾਂ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਪੰਜਾਬ ਔਨਲਾਈਨ ਚੈਨਲ ਅਤੇ ਮਨੀ ਕਲਾਰ ਦੇ ਅਫੀਸ਼ੀਅਲ ਫੇਸਬੁੱਕ ਪੇਜ ਦੇ ਨਾਲ, ਅਤੇ ਆਪਾਂ ਕਿਹੜੀਆਂ ਗੱਲਬਾਤਾਂ ਕਰਦੇ ਰਹਿਣਾ। ਧੰਨਵਾਦ।